subscribe to our youtube channel press the bell icon to get the latest up ਇੱਕ ਪਾਸੇ ਲੋਕ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿੱਚ ਦੁਬਾਰਾ ਸਮਝੌਤੇ ਹੋਣ ਦੀਆਂ ਚਰਚਾਵਾਂ ਤੇਜ਼ ਹੁੰਦੀਆਂ ਪਈਆਂ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੇਦਾਰ ਬੌਜਨ ਸਮਾਜ ਪਾਰਟੀ ਬਸਪਾ ਨੇ ਉਹਨਾਂ ਦੇ ਨਾਲ ਨਾਤਾ ਤੋੜ ਦਿੱਤਾ ਹੈ ਬਸਪਾ ਲੀਡਰਸ਼ਿਪ ਦੇ ਵਰਕਰ ਨੂੰ ਅਕਾਲੀ ਦਲ ਦੇ ਨੇਤਾਵਾਂ ਦੇ ਨਾਲ ਦੂਰੀ ਬਣਾਉਣ ਦੇ ਆਦੇਸ਼ ਦਿੱਤੇ ਗਏ ਨੇ ਨਾਲ ਹੀ ਕੱਲੇ ਹੀ ਚੋਣਾ ਲੜਨ ਦੇ ਐਲਾਨ ਕੀਤੇ ਗਏ ਨੇ ਚੰਡੀਗੜ੍ਹ ਦੇ ਵਿੱਚ ਹੋਈ ਬਸਪਾ ਦੀ ਸੂਬਾ ਇਕਾਈ ਦੀ ਮੀਟਿੰਗ ਦੇ ਵਿੱਚ ਇਸ ਮੁੱਦੇ ਤੇ ਮੰਥਨ ਹੋਇਆ ਇਸ ਦੇ ਵਿੱਚ ਬੀਐਸਪੀ ਕਮੇਟੀ ਦੇ ਜ਼ਿੰਮੇਵਾਰ ਮੈਂਬਰਾਂ ਨੇ ਹਿੱਸਾ ਲਿਆ ਮੀਟਿੰਗ ਦੇ ਵਿੱਚ ਬੀਐਸਪੀ ਦੇ ਕੇਂਦਰੀ ਕੋਆਰਡੀਨੇਟਰ ਪੰਜਾਬ ਹਰਿਆਣਾ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਮੁਖਰੂਪ ਦੇ ਵਿੱਚ ਮੌਜੂਦ ਰਹੇ 4 ਘੰਟੇ ਤੱਕ ਚੱਲੀ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿੱਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਨੂੰ ਲਗਾਤਾਰ ਨਜ਼ਰਅੰਦਾਜ਼ ਕਰਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਕੀਤਾ ਜਾ ਰਿਹਾ ਹੈ ਅਜਿਹੇ ਦੇ ਵਿੱਚ ਹੁਣ ਸਾਥ ਦੇਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਕਾਬਲੇ ਗੌਰ ਹੈ ਕਿ ਤਿੰਨ ਕਿਸਾਨੀ ਕਾਨੂੰਨ ਦੇ ਚੱਲਦੇ ਆ ਉਹ ਇਸ ਸੰਘਰਸ਼ ਤੋਂ ਬਾਅਦ ਅਕਾਲੀ ਭਾਜਪਾ ਦੀ ਰਾ ਵਿਧਾਂ ਸਭਾ ਚੋਣਾਂ ਦੇ ਸਮੇਂ ਅਲੱਗ ਹੋ ਗਈ ਸੀ ਇਸ ਤੋਂ ਬਾਅਦ ਅਕਾਲੀ ਦਲ ਅਤੇ ਬਸਪਾ ਦੇ ਵਿੱਚ ਗਠਜੋੜ ਹੋਇਆ ਸੀ ਦੋਵੇਂ ਅਕਾਲੀ ਦਲ ਨੂੰ ਤਿੰਨ ਬਸਪਾ ਨੂੰ ਇੱਕ ਸੀਟ ਮਿਲੀ ਸੀ ਪਰ ਕਾਫੀ ਸਮੇਂ ਤੋਂ ਦੋਹਾਂ ਦੇ ਰਿਸ਼ਤੇ ਠੀਕ ਨਹੀਂ ਚੱਲਦੇ ਪਏ ਸਨ ਪਰ ਇਸ ਵੇਲੇ ਹਾਲਾਤ ਕੁਝ ਹੋਰ ਬਣਦੇ ਪਏ ਨੇ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਦਿੱਲੀ ਮੁਰ ਤੋਂ ਕੂਚ ਕਰ ਦਿੱਤਾ ਗਿਆ ਏ ਤਾਂ ਦੂਸਰੇ ਪਾਸੇ ਜੋ ਚਰਚਾਵਾ ਸਮਝੌਤੇ ਦੀਆਂ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਚੱਲਦੀਆਂ ਪਈਆਂ ਨੇ ਇਹਨਾਂ ਸਭ ਗੱਲਾਂ ਦੇ ਵਿੱਚ ਹੁਣ ਬਸਪਾ ਦੇ ਵੱਲੋਂ ਅਕਾਲੀ ਦਲ ਦੇ ਨਾਲ ਨਾਤਾ ਤੋੜ ਦਿੱਤਾ ਗਿਆ ਏ ਅਤੇ ਇਕੱਲੇ ਹੀ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਏ